ਕਿਵੇਂ ਆ? ਅੱਜ ਨਿਖਰੀ ਫਿਰਦੀ ਆ, ਫੌਜੀ ਨੇ ਆਉਣਾ? ਫੌਜੀ ਨੇ ਕਾਹਦਾ ਆਉਣਾ? ਫੌਜੀ ਤਾਂ ਸਰਕਾਰਾਂ ਦੇ ਬੰਨੇ ਆ, ਤੇ ਸਰਕਾਰਾਂ ਤੱਕ ਸਾਡੇ ਦਿਲ ਦੀ ਹੂ ਕਦੋਂ ਪਹੁੰਚਦੀ ਆ? ਮੇਰੇ ਤੱਕ ਤਾਂ ਪਹੁੰਚਦੀ ਆ, ਬੜਕ ਰੱਖੀ, ਆਊਂਗਾ। ਟਾਈਮ ਨਾਲ ਆ ਜੀ, ਸਾਗ ਬਣਾਉਣ ਲੱਗੀ ਆ, ਫਿਰ ਕਹੇਂਗਾ ਠੰਡਾ ਹੋ ਗਿਆ। ਤੂੰ ਤੱਤੀ ਰਹੀ, ਸਾਗ ਤਾਂ ਮੈਂ ਠੰਡਾ ਹੀ ਖਾ ਲੂੰ। ਹੈਲੋ ਹੈਲੋ ਜੀ, ਪ੍ਰਿੰਸ ਜੀ ਬੋਲ ਰਹੇ? ਹਾਂਜੀ ਵੀਰੇ ਜੀ। ਅੱਛਾ ਜੀ, ਵੀਰ ਜੀ ਤੁਸੀਂ ਇਹ ਪਿਕਚਰ ਤੁਹਾਡੀ ਆਈ ਹੋਈ ਹੈ? ਹਾਂਜੀ ਵੀਰੇ, ਹਾਂਜੀ ਜੀ ਜੀ ਜੀ। ਰਿਲੀਜ਼ ਹੋ ਚੁੱਕੀ ਹੈ ਕਿ ਹੋਣੀ ਹੈ? ਕਿਹੜੀ ਭੈਣ ਜੀ? ਜਿਹੜੀ ਆ ਪਿਕਚਰ ਆਈ ਆਪਣਾ ਲੈਦਰ ਆਫ ਲਾਈਫ। ਲੈਦਰ ਲਾਈਫ ਉਹ ਤਾਂ ਕੋਈ ਬਹੁਤ ਟਾਈਮ ਪਹਿਲਾਂ ਹੋ ਗਈ ਸੀ ਜੀ ਰਿਲੀਜ਼। ਅੱਛਾ ਜੀ, ਮੈਨੂੰ ਵੀਰ ਜੀ ਗੱਲ ਦੱਸੋ, ਤੁਹਾਡੇ ਪਰਿਵਾਰ ਚ ਕੋਈ ਫੌਜੀ ਹੈ? ਵੀਰੇ ਇਸ ਗੱਲ ਲਈ ਨਾ, ਮੈਂ ਮੇਰੇ ਮਾਮਾ ਜੀ ਸੀਗੇ, ਮੈਂ ਇਸ ਗੱਲ ਲਈ ਬਹੁਤ ਵੱਡੀ ਗਲਤੀ ਜਿਹੜੀ ਹੋਈ ਹੈ ਨਾ, ਇਸੇ ਦਾ ਜੀ। ਮੈਨੂੰ ਰੋਜ਼ ਫੋਨ ਆਉਂਦੇ ਆ, ਜੇ ਫੋਨ ਨਾ ਚੱਕਿਆ ਜਾਵੇ ਤਾਂ ਮੈਂ ਬੈਕ ਕਾਲ ਵੀ ਕਰਦਾ। ਵੀਰ ਜੀ ਮੇਰੀ ਗੱਲ ਸੁਣੋ, ਨਹੀਂ ਇੱਕ ਮਿੰਟ ਮੇਰੀ ਗੱਲ ਸੁਣੋ ਜੀ। ਅਸੀਂ ਸ੍ਰੀਨਗਰ ਮੈਂ ਬੋਲ ਰਿਹਾ ਜੀ, ਕਹਿੰਦੇ ਤੁਹਾਨੂੰ ਮੈਂ ਐਡਰੈਸ ਵੀ ਦੇ ਦੇਣਾ ਆਪਣਾ। ਨਹੀਂ, ਇੱਥੇ ਬਾਰਡਰ ਲੇਹ ਗਲੇਸ਼ੀਅਰ ਦੇ ਵਿੱਚ ਬੈਠੇ ਆ, ਸਾਡੀ ਖਾਤਰ ਤੁਸੀਂ ਆਰਾਮ ਦੇ ਨਾਲ ਘਰ ਸੋ ਰਹੇ ਹੋ, 10 ਵਜੇ ਉੱਠਦੇ ਹੋ, ਉਹ ਬਿਲਕੁਲ ਸਾਡੀ ਖਾਤਰ। ਜੇ ਅਸੀਂ ਨਾ ਹੋਈਏ ਤੇ ਪਾਕਿਸਤਾਨ ਵਾਲੇ ਪੂਰੇ ਹਿੰਦੁਸਤਾਨ ਚ ਪੂਰੇ ਦੇਣ ਜੀ ਵੀਰੇ। ਤੇ ਸਾਡੀ ਗੱਲ ਸੁਣੋ ਮੇਰੀ, ਸਾਡੀ ਫੈਮਿਲੀ ਬਾਰੇ ਤੁਸੀਂ ਇਹ ਸੋਚ ਰਹੇ ਹੋ, ਲੋਕਾਂ ਦੇ ਸਾਹਮਣੇ ਇਹ ਜ਼ਾਹਿਰ ਕਰ ਰਹੇ ਹੋ ਵੀ ਫੌਜ ਨਾਲ ਏਦਾਂ? ਨਹੀਂ ਬਈ, ਇਹ ਤੁਸੀਂ ਸੋਚ ਨਹੀਂ ਸਕਦੇ, ਮੈਨੂੰ ਇੰਨੀ ਗਲਤੀ ਮਹਿਸੂਸ ਹੁੰਦੀ ਹੈ। ਮੈਂ ਕਲਿੱਪ ਦੇਖੀ ਨੀ ਆ, ਹਰ ਕੋਈ ਫੌਜੀ ਦੀ ਇੱਜ਼ਤ ਕਰਦਾ, ਹਰ ਕੋਈ ਫੌਜੀ ਦੇ ਗਾਣੇ ਗਾਉਂਦਾ ਵਧੀਆ, ਵੀ ਸਾਡੇ ਵਾਸਤੇ ਯਾਨੀ ਕਿ ਦੇਸ਼ ਦੇ ਰਖਵਾਲੇ ਬੈਠੇ ਆ। ਜਿੱਦਾਂ ਵੀ ਆ, ਇੱਥੇ ਆ ਕੇ ਦੇਖੋ ਮਾਈਨਸ ਕਿੰਨੇ ਡਿਗਰੀ ਟੈਂਪਰੇਚਰ ਹੈ, ਤੇ ਤੁਸੀਂ ਸਾਡੀ ਫੈਮਿਲੀ ਬਾਰੇ ਇਹ ਸੋਚ ਰਹੇ ਹੋ? ਜਿੱਦਣ ਭਾਜੀ ਇਹ ਤੁਸੀਂ ਡਾਇਲੋਗ ਬੋਲ ਰਹੇ ਤਾਂ ਤੁਸੀਂ, ਤੁਹਾਨੂੰ ਮੇਰੇ ਵਰਗਾ ਹੁੰਦਾ ਤੇ ਮਰ ਜਾਂਦਾ ਕੁਝ ਖਾ ਕੇ। ਤੁਸੀਂ ਇਹ ਕਿੱਦਾਂ ਤੁਸੀਂ ਡਾਇਲੋਗ ਬੋਲੇ, ਕਿੱਦਾਂ ਵੀਡੀਓ ਕਲਿੱਪ ਲਾਂਚ ਕੀਤੀ? ਲੋਕਾਂ ਨੇ ਤੇ ਦੇਖੀ, ਲੋਕੀ ਕੀ ਸੋਚ ਰਹੇ ਆ? ਅਸੀਂ ਇੱਥੇ ਬੈਠੇ ਆ ਤੇ ਤੁਸੀਂ ਸਾਡੀ ਫੈਮਿਲੀ ਬਾਰੇ ਇਹ ਲੋਕਾਂ ਨੂੰ ਦਿਖਾ ਰਹੇ ਹੋ ਕਰਕੇ? ਇਸ ਗੱਲ ਦੀ ਵੀਰੇ ਮੈਂ ਨਾ, ਹਰ ਰੋਜ਼ ਮੈਨੂੰ 20 ਤੋਂ 50 ਫੋਨ ਆਉਂਦੇ ਆ, ਤੁਸੀਂ ਤਾਂ ਹਜੇ ਪਿਆਰ ਨਾਲ ਗੱਲ ਕਰਦੇ ਪਏ, ਮੈਨੂੰ ਬਹੁਤ ਗੁੱਸੇ ਨਾਲ ਵੀ ਬੋਲਦੇ ਆ, ਗਾਲਾਂ ਵੀ ਕਰਦੇ। ਵੀਰ ਜੀ ਗੁੱਸਾ ਬਹੁਤ ਹੈ, ਲੇਕਿਨ ਮੈਂ ਤੁਸੀਂ ਪੜ੍ਹੇ ਲਿਖੇ ਹੋ, ਤੁਹਾਨੂੰ ਸ਼ਰਮ ਨਾਂ ਦੀ ਚੀਜ਼ ਹੈ ਤੁਹਾਡੇ ਦੇ ਵਿੱਚ? ਵੀਰੇ ਮੈਂ ਆਪ ਇਸ ਗੱਲ ਦੀ ਇੰਨੀ ਗਿਲਟੀ ਮਹਿਸੂਸ ਕਰਦਾ ਨਾ, ਤੁਸੀਂ ਆਪ ਇਹ ਗੱਲ ਮੰਨ ਨਹੀਂ ਸਕਦੇ ਵੀ ਮੈਂ ਕਾਰਟਿਸਟ। ਵੀਰ ਜੀ ਗੱਲ ਸੁਣੋ, ਇੰਨੀ ਵੱਡੀ ਮੈਨੂੰ ਇਹ ਆਪਦੀ ਲਾਈਫ ਦੀ ਗਲਤੀ, ਮੈਨੂੰ ਐਂ ਲੱਗਦਾ ਵੀ ਪਹਿਲਾਂ ਤੁਸੀਂ ਮੇਰਾ ਕੰਮ ਦੇਖੋ ਨਾ, ਪੱਤਾ ਪੱਤਾ ਸਿੰਘਾਂ ਦਾ ਵੈਰੀ ਮੈਂ ਇੱਕ ਲਿਖੀ ਸੀ ਫਿਲਮ, ਉਹ ਕੀਤੀ ਸੀ, ਉਹ ਉਸ ਵੀ ਕੀਤਾ ਸੀ। ਤੁਸੀਂ ਮੰਨਣਾ ਨੀ ਗਾ ਵੀ ਮੈਨੂੰ ਇੰਨੀ ਗਿਲਟੀ ਮਹਿਸੂਸ ਹੁੰਦੀ ਇਸ ਗੱਲ ਦੀ, ਮੈਂ ਦੋਨੇ ਹੱਥ ਜੁੜ ਮੈਂ ਗੱਲ ਸੁਣੋ ਭਾਜੀ, ਇੱਕ ਮਿੰਟ ਗੱਲ ਸੁਣੋ, ਇਹ ਤੁਹਾਡੀ ਛੁੱਟਣਗੇ ਤੇ 2 ਮਿੰਟ ਦੇ ਵਿੱਚ ਤੇ ਨਹੀਂ ਹੋਗੀ, ਇਹ ਕਮ ਸੇ ਕਮ ਹਫ਼ਤਾ 15 ਦਿਨ ਲੱਗੇ ਹੋਣਗੇ। ਤੁਹਾਨੂੰ ਕਿੱਦਾਂ ਗਲਤੀ ਹੋ ਗਈ ਏਦਾਂ? ਤੁਹਾਨੂੰ ਕੋਦੇ ਨੀ ਤੁਹਾਡੇ ਦਿਮਾਗ ਚ ਆਇਆ ਵੀ ਕੀ ਬੋਲ ਕੀ ਰਿਹਾ ਮੈਂ, ਕੀ ਲੋਕਾਂ ਨੂੰ ਦਿਖਾ ਰਿਹਾ ਮੈਂ? ਭਾਜੀ ਜੇ ਇਹ ਆਈ ਹੁੰਦੀ, ਇਹ ਮੇਰੇ ਕਰਮਾਂ ਚ ਲਿਖੀਆਂ ਸੀਗੀਆਂ ਗਾਲਾਂ, ਮੇਰੇ ਇਹ ਗਲਤੀ ਲਿਖੀ ਸੀ, ਜੇ ਆਈ ਹੁੰਦੀ ਤੇ ਮੈਂ ਇਹ ਕਿਉਂ ਕਰਦਾ?
ਤੁਸੀਂ ਫਿਲਮ ਦੇਖੋਗੇ ਓਹਦੇ ਚ ਸਾਰੀ ਨਾ ਖਾੜਕੂਵਾਦ ਟਾਈਮ ਦੀ ਫਿਲਮ ਹੈ ਇਹ। ਉਹ ਇੱਕ ਲਾਲਚੀ ਬੰਦੇ ਦਾ ਕਰੈਕਟਰ ਸੀਗਾ ਵੀ ਜਿਹੜੇ ਬੰਦੇ ਨੇ ਆਪਦੇ ਦੋਸਤ ਮਰਵਾ ਕੇ ਲਾਸਟ ਜਿਹੜੇ ਓਦੋ ਕੈਦ ਬਣ ਗਏ ਸੀ ਜਿਹੜੇ ਬੰਦੇ ਜਿਹੜੇ ਕੈਦ ਬਣੇ ਸੀ ਉਹ ਉਦੋਂ ਨਾ ਇਹ ਗੱਲ ਆਈ ਨੀ ਦਿਮਾਗ ਚ ਨੀ ਆਈ ਮੈਂ ਦਿਮਾਗ ਕਰਕੇ ਦੋਨੇ ਹੱਥ ਮੈਂ ਇੱਕ ਮੈਂ ਆਪਦਾ ਕਲਿੱਪ ਆਪਦਾ ਵੀ ਬਣਾ ਕੇ ਪਾਇਆ ਤੁਹਾਡਾ ਵਟਸਐਪ ਨੰਬਰ ਕਿੱਥੇ ਪਾਇਆ ਤੁਸੀਂ ਗੱਲ ਸੁਣੋ ਇਹ ਮੇਰਾ ਨੰਬਰ ਹੈ ਜੇ ਇੱਥੇ ਤੁਸੀਂ ਪਾਉਂਦੇ ਹੋ ਇੱਥੇ ਤੁਸੀਂ ਮੰਨਣਾ ਨੀ ਤੁਸੀਂ ਮੇਰੀ ਪੂਰੀ ਯੂਨਿਟ ਨੇ ਦੇਖਿਆ ਹੋਇਆ ਪੂਰੇ ਜਵਾਨ ਦਾਰੂ ਪੀ ਕੇ ਪਾਗਲ ਹੋਏ ਘੁੰਮਰੇ ਆ ਤੇ ਮੈਨੂੰ ਤੇ ਏਦਾਂ ਲੱਗਦਾ ਕਿ ਤੁਹਾਡੇ ਲਾਗੇ ਦਾ ਕੋਈ ਆ ਗਿਆ ਨਾ ਤੇ ਹੋ ਸਕੇ ਤੇ ਤੁਹਾਡੇ ਨਾਲ ਬਹੁਤ ਮੁਸ਼ਕਿਲ ਹੋ ਜਾਏ ਤੁਹਾਡਾ ਮੁਸ਼ਕਿਲ ਹੋ ਜਾਣਾ ਕੰਮ ਤੇ ਤੁਸੀਂ ਇਸ ਨੰਬਰ ਦੇ ਉੱਤੇ ਕਲਿੱਪ ਪਾਓ ਤੇ ਸ਼ਾਇਦ ਮੈਂ ਤੁਹਾਨੂੰ ਦਿਖਾਵਾਂ ਨਹੀਂ ਇਹ ਵੀਰੇ ਮੈਨੂੰ ਘੱਟੋ ਘੱਟ 10 ਦਿਨ ਹੋ ਗਏ ਤੁਹਾਨੂੰ ਮੈਂ ਦਿਖਾ ਭੇਜ ਦਿੰਦਾ ਹੁਣੇ ਹੀ ਮੇਰੀ ਰੋਜ਼ ਬਹੁਤ ਦਿਨਾਂ ਤੋਂ ਗੱਲ ਹੁੰਦੀ ਸੀ ਇਹ ਮੈਨੂੰ ਹਰ ਵੀਰ ਦੀ ਮੈਨੂੰ ਤੁਸੀਂ ਸੋਚ ਨੀ ਸਕਦੇ ਮੈਨੂੰ ਆਪ ਨੂੰ ਇੰਨੀ ਗਿਲਟੀ ਮਹਿਸੂਸ ਹੁੰਦੀ ਹੈ ਇਹ ਵਟਸਐਪ ਨੰਬਰ ਇਸ ਤੇ ਚੱਲਦਾ ਤੁਹਾਡਾ ਹਾਂਜੀ ਆਹ ਨੰਬਰ ਤੇ ਮੇਰਾ ਵਟਸਐਪ ਚੱਲ ਰਿਹਾ ਤੇ ਕਲਿੱਪ ਭੇਜੋ ਮੈਨੂੰ ਜਸ ਤੇ ਮੈਂ ਤੁਹਾਨੂੰ ਹੁਣੇ ਹੀ ਭੇਜ ਦਿੰਦਾ ਜਿਹੜੀ ਅੱਜ ਤੋਂ 10 ਦਿਨ ਪਹਿਲਾਂ ਤੇ ਮੇਰੇ ਖਿਆਲ ਚ ਵੀ ਉਹ ਅੱਧੇ ਪੰਜਾਬ ਚ ਪਹੁੰਚ ਚੁੱਕੀ ਹੈ ਸਾਰੀ ਮੇਰੇ ਕੋਲ ਸੀਗਾ ਵੀ ਮੈਂ ਮੇਰੇ ਵੰਨਿਓ ਮੈਂ ਆਪ ਮਾਫ਼ੀ ਮੰਗਿਆ ਮੇਰੇ ਕੋਲ 500 ਬੰਦਾ ਮੇਰੇ ਨਾਲ ਕਮ ਸੇ ਕਮ 500 ਫੌਜੀ ਹੈ ਤੁਸੀਂ ਜੇ ਮੈਨੂੰ ਭੇਜੋ ਤੇ ਮੈਂ ਉਹਨਾਂ ਨੂੰ ਭੇਜ ਸਕਦਾ ਤੇ ਇਹਦਾ ਹੁਣ ਕਿਉਂਕਿ ਤੁਸੀਂ ਪਿਕਚਰ ਤੇ ਹੁਣ ਜੋ ਬੇਕੂਫੀ ਕਰਨੀ ਕਰਤੀ ਉਹਦਾ ਹੁਣ ਮੈਂ ਵੀ ਕੁਛ ਨੀ ਕਰ ਸਕਦਾ ਲੇਕਿਨ ਤੁਸੀਂ ਜੇ ਕਲਿੱਪ ਭੇਜ ਦੋ ਤੇ ਸ਼ਾਇਦ ਗੁੱਸਾ ਸ਼ਾਂਤ ਹੋ ਜਾਏ ਨਹੀਂ ਤੇ ਤੁਹਾਡੇ ਘਰ ਤੱਕ ਆਉਣ ਵਾਲੇ ਫੌਜੀ ਮੈਂ ਭੇਜੀ ਹੋਈ ਮੈਂ ਪਿਛਲੇ 10 ਦਿਨਾਂ ਤੋਂ ਪਾਈ ਜੀ ਮੈਂ ਬੰਬੇ ਰਹਿੰਦਾ ਇੱਥੇ ਮੈਂ 10 ਦਿਨਾਂ ਤੋਂ ਪਿਛਲਿਆਂ ਤੋਂ ਉਹ ਪਾਈ ਹੋਈ ਹੁਣੇ ਤੁਹਾਨੂੰ ਵੀ ਮੈਂ ਭੇਜ ਦਿੰਦਾ ਪਿੱਛੇ ਜੇ ਮੇਰੀ ਇੱਥੇ ਜਿੰਨੇ ਸਾਰਾਗੜੀ ਦੇ ਸੀ ਹੋਰ ਸਾਰੇ ਵੀਰਾਂ ਨਾਲ ਮੇਰੀ ਗੱਲ ਹੁੰਦੀ ਹੁੰਦੀ ਆ ਇੱਕ ਮਿੰਟ ਇਹ ਅੱਛਾ ਉਹ ਗੱਲ ਠੀਕ ਹੈ ਸਾਡੇ ਸਾਹਿਬ ਹੈ ਹੁਣੇ ਤੁਹਾਡੇ ਅਸੀਂ ਕੋਟਕਪੁਰ ਇੱਥੇ ਪੁਲਿਸ ਥਾਣੇ ਦਾ SSP ਦਾ ਨੰਬਰ ਲਿਆ ਉਹਦੇ ਨਾਲ ਗੱਲ ਕਰਨ ਵਾਲੇ ਹਾਂ ਤੇ ਫਿਲਹਾਲ ਤੁਹਾਡਾ ਫੋਨ ਲੱਗ ਗਿਆ ਮੈਂ ਬੜੇ ਜ਼ਿਆਦਾ ਟਰਾਈ ਕਰ ਰਿਹਾ ਫੋਨ ਨਹੀਂ ਲੱਗ ਰਿਹਾ ਜੀ ਸਰ ਜੀ ਕੋਰਟ ਦੇ ਵਿੱਚ ਜੇ ਕੇਸ ਜਾ ਰਿਹਾ ਤੇ ਤੁਸੀਂ ਸਾਡੇ ਸਾਹਿਬ ਨਾਲ ਗੱਲ ਕਰ ਲਓ ਉਹਨਾਂ ਜੋ ਵੀ ਉਹਨਾਂ ਨੂੰ ਸੋਰੀ ਮੰਗ ਲਓ ਤੇ ਉਹਨਾਂ ਦੇ ਇੱਕ ਕਲਿੱਪ ਇਸ ਨੰਬਰ ਤੇ ਜ਼ਰੂਰ ਭੇਜੋ ਜੀ ਹੁਣੇ ਭੇਜ ਦਿੰਦਾ ਹਾਂ ਸਾਡੇ ਸਾਹਿਬ ਨਾਲ ਗੱਲ ਕਰੋ ਸਾਡੇ ਨਾਲ ਜੀ 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 ਹੈਲੋ ਹਾਂਜੀ ਸਰ ਵੀਰ ਜੀ ਸਤਿ ਸ੍ਰੀ ਅਕਾਲ ਹਾਂਜੀ ਠੀਕ ਠਾਕ ਹੋ ਬਾਰਡਰਾਂ ਭੈਣ ਚੋਦ ਅੰਦਰ ਆ ਕੇ ਵੀ ਲੜ ਸਕਦੇ ਆ ਤੁਸੀਂ ਸੋਚ ਨੀ ਸਕਦੇ ਕਿ ਮੈਂ ਇੱਕ ਪੰਜਾਬੀ ਆ ਪੰਜਾਬੀ ਮੈਂ ਅਸੀਂ ਜਾਣਦੇ ਹਾਂ ਅਸੀਂ ਤੁਹਾਨੂੰ ਸੋਚਣਾ ਕਿ ਅਸੀਂ ਤੁਹਾਨੂੰ ਲੱਭ ਕੇ ਤੁਹਾਨੂੰ ਜਦੋਂ ਐਨ ਪੂਰੇ ਐਨ ਸ਼ਬਦ ਸਾਹਮਣੇ ਨੰਗਾ ਕੀਤਾ ਉਦੋਂ ਤੁਹਾਨੂੰ ਇਹ ਚੀਜ਼ ਦਾ ਪਤਾ ਚੱਲਣਾ ਸਰ ਮੈਨੂੰ ਮੈਂ ਇਸੇ ਕਰਕੇ ਹਰ ਰੋਜ਼ ਘੱਟੋ ਘੱਟ 20 ਨਹੀਂ ਤੁਸੀਂ ਮੈਨੂੰ ਇਹ ਦੱਸੋ ਵੀਰਾਂ ਦੇ ਮੈਨੂੰ ਫੋਨ ਮੇਰੀ ਸੁਣ ਤੂੰ ਆਪਣੀ ਭੈਣ ਤੇ ਕਿਉਂ ਨਹੀਂ ਬਣਾਤੀ ਪਹਿਲਾਂ ਮੈਨੂੰ ਇਹ ਦੱਸ ਆਪਣੀ ਭੈਣ ਤੇ ਕਿਉਂ ਨਹੀਂ ਲਾਤੀ ਮੈਂ ਗੀਤ ਲਿਖੇ ਪਏ ਆ ਮੇਰੇ ਮੈਂ ਤੇਰੀ ਭੈਣ ਤੇ ਤੇਰੀ ਮਾਂ ਤੇ ਬੱਚੇ ਤੇ ਸਭ ਗੀਤ ਬਣਾਏ ਪਏ ਆ ਠੀਕ ਹੈ ਮੈਂ ਜੇ ਕਹੇ ਤਾਂ ਤੈਨੂੰ ਪਰਸਨਲ ਆ ਕੇ ਮਿਲਦੇ ਆ ਠੀਕ ਹੈ ਨਹੀਂ ਤਾਂ ਤੂੰ ਇੱਕ ਹੀ ਗੱਲ ਹੋ ਸਕਦੀ ਆ ਨਿਊਜ਼ ਦੇ ਉੱਤੇ ਤੂੰ ਮਾਫ਼ੀ ਮੰਗ ਲੈ ਫੌਜੀਆਂ ਤੋਂ ਨਹੀਂ ਤਾਂ ਤੇਰਾ ਹੀ ਛੱਡਣਾ ਕੱਖ ਨੇ ਮੈਂ ਤੁਸੀਂ ਮੰਨਣਾ ਨੀ ਮੈਂ ਪਿਛਲੇ ਮੈਂ ਦੇਖੋ ਸੁਣ ਲੈ ਮੇਰੀ ਗੱਲ ਸੁਣ ਲੈ ਟੀਵੀ ਤੇ ਇੱਕ ਵਾਰੀ ਇਹਨਾਂ ਤੋਂ ਸੋਰੀ ਮੰਗ ਲੈ ਨਹੀਂ ਤਾਂ ਤੇਰਾ ਹੀ ਕੱਖ ਨੀ ਛੱਡਣਾ ਇਹੀ ਆ ਕੇ ਮੈਂ ਮੈਨੂੰ ਇਸ ਗੱਲ ਚ ਬਾਈ ਜੀ ਕੋਈ ਹੋ ਨਹੀਂ ਕਿਉਂਕਿ ਮੈਂ ਗਲਤੀ ਕੀਤੀ ਆ ਮੇਰੇ ਕੀਤੀ ਆ ਤਾਂ ਨਿਊਜ਼ ਦੇ ਵਿੱਚ ਆਉਣੀ ਚਾਹੀਦੀ ਆ ਮਾਫੀ ਮੰਗਣੀ ਚਾਹੀਦੀ ਆ ਨਹੀਂ ਤਾਂ ਦੇਖ ਅਸੀਂ ਵੀ ਤੈਨੂੰ ਗਾਲਾਂ ਕੱਢ ਸਕਦੇ ਆ ਅਸੀਂ ਵੀ ਭੈਣ ਕੱਢ ਸਕਦੇ ਆ ਅਸੀਂ ਸਭ ਕੁਛ ਕਰ ਸਕਦੇ ਆ ਠੀਕ ਆ ਪਰ ਜੇ ਅਸੀਂ ਇਹ ਭਾਈਬੰਦੀ ਦਾ ਨਜਾਇਜ਼ ਫਾਇਦਾ ਲੈ ਰਹੇ ਹੋ ਤੇ ਭੈਣ ਚ ਤੋਂ ਇਹ ਕੰਮ ਕੀ ਕਰਦੇ ਹੋ ਤੁਸੀਂ ਹੈ ਮੈਂ ਨਾ ਇਹਦੇ ਇੱਕ ਵੀਡੀਓ ਪਾਈ ਆ
ਨਹੀਂ ਮੈਨੂੰ ਐ ਦੱਸ ਤੂੰ ਆਪਣੀ ਭੈਣ ਦੀ ਕਿਉਂ ਨੀ ਨੰਗੀ ਕਰਕੇ ਫੋਟੋ ਲਾਈ ਵਿੱਚ ਇੱਕ ਫੌਜੀ ਦੇ ਪਰਿਵਾਰ ਬਾਰੇ ਏਦਾਂ ਕਰਿਆ ਤੈਨੂੰ ਦੱਸਿਆ ਸੀ ਸਾਰਾ ਕੁਛ ਕੱਢ ਲਿਆ ਹਰ ਇੱਕ ਚੀਜ਼ ਕੱਢ ਰੱਖੀ ਆ ਲੇਕਿਨ ਸਿਰਫ ਇਸੇ ਕਰਕੇ ਤੈਨੂੰ ਕਹਿ ਰਿਹਾ ਨਹੀਂ ਤਾਂ ਨਿਊਜ਼ ਦੇ ਉੱਤੇ ਮਾਫ਼ੀ ਮੰਗ ਲੈ ਨਹੀਂ ਤਾਂ ਇਸੇ ਤਰ੍ਹਾਂ ਕੱਖ ਨੀ ਛੱਡਣਾ ਮੈਂ ਨਾ ਮੈਨੂੰ ਇਹਦੇ ਚ ਬਾਈ ਜੀ ਕੋਈ ਉਹ ਨੀ ਪਹਿਲਾਂ ਵੀ ਮੇਰੀ ਗੱਲ ਹੋਈ ਸੀ ਜਰੂਰੀ ਨੀ ਹੈ ਪੰਜਾਬ ਆ ਕੇ ਇਹ ਚੀਜ਼ ਕਰਨੀ ਆ ਜਰੂਰੀ ਨੀ ਇਹ ਕੋਈ ਇਹ ਪੰਜਾਬੀਆਂ ਲਈ ਨੀ ਇਹ ਪੂਰੀ ਇੰਡੀਅਨ ਆਰਮੀ ਵਾਸਤੇ ਆ ਇਹ ਜਿਹੜੀ ਤੈਂ ਇਹ ਗੱਲ ਕੀਤੀ ਆ ਨਾ ਇਹ ਇਕੱਲੇ ਪੰਜਾਬੀਆਂ ਵਾਸਤੇ ਨੀ ਕਰੀ ਨਹੀਂ ਮੈਂ ਇੱਥੇ ਜਿਹੜੇ ਆਪਣੇ ਚੈਨਲ ਚੱਲਦੇ ਆ ਚੈਨਲ ਪਾ ਪੰਜਾਬੀ ਤੇ ਪਾ ਕਿਸੇ ਤੇ ਵੀ ਪਾ ਸਾਰਿਆਂ ਤੇ ਮਾਫ਼ੀ ਮੰਗ ਕੇ ਪਾ ਨਹੀਂ ਤਾਂ ਤੈਨੂੰ ਅਸੀਂ ਚੈਨਲ ਹੀ ਦੱਸਤਾ ਅਸੀਂ ਤੈਨੂੰ ਤਾਂ ਤੈਨੂੰ ਤੇਰੀ ਭੈਣ ਨੂੰ ਵੀ ਨੰਗੀ ਕਰ ਦਾਂਗੇ ਅਸੀਂ ਠੀਕ ਆ ਜੇ ਅਸੀਂ ਬਾਰਡਰਾਂ ਤੇ ਲੜਨ ਜਾਣਦੇ ਆ ਤੁਹਾਡੀ ਤਾਂ ਭੈਣ ਇੱਕ ਮਿੰਟ ਵਿੱਚ ਕੱਢ ਸਕਦੇ ਹਾਂ ਅਸੀਂ ਜਿਹੜੀ ਇੱਕ ਮੈਂ ਵੀਡੀਓ ਹੁਣੇ ਤੁਹਾਨੂੰ ਮੈਂ ਭੇਜਦਾ ਜਿਹੜੀ ਮੈਂ ਪਹਿਲਾਂ ਆਉਂਦੇ ਨਾ ਹੋ ਗਈ ਭਾਈ ਜੀ ਉਹ ਵੀ ਭੇਜ ਤੇ ਉਹਦੇ ਤੇ ਮਾਫੀ ਮੰਗ ਕੇ ਵੀ ਪਾ ਵਿੱਚ ਚੋਰ ਨਿਊਜ਼ ਦੇ ਵਿੱਚ ਵੀ ਪਾ ਨਿਊਜ਼ ਦੇ ਵਿੱਚ ਵੀ ਪਾ ਪੂਰੀ ਇੰਡੀਆ ਦੇ ਵਿੱਚ ਨਿਊਜ਼ ਦੇ ਵਿੱਚ ਹੋਣੀ ਚਾਹੀਦੀ ਹੈ ਨਹੀਂ ਤਾਂ ਤੈਨੂੰ ਦੱਸਤਾ ਤੇਰਾ ਜ਼ਿਆਦਾ ਜ਼ਿਆਦਾ 15 ਦਿਨ ਆ ਤੇਰੇ ਠੀਕ ਹੈ 15 ਦਿਨਾਂ ਚ ਅਸੀਂ ਆ ਕੇ ਭੈਣ ਚੋਦ ਜੋ ਕਰਨਾ ਕਰ ਦਾਂਗੇ ਔਰ ਪੂਰੀ ਦੁਨੀਆਂ ਦੇ ਸਾਹਮਣੇ ਕਰਾਂਗੇ ਕੋਈ ਛੁੱਪ ਕੇ ਨੀ ਨਿਊਜ਼ ਦੇ ਵਿੱਚ ਕੱਢ ਤੇ ਹਾਂ ਏਦਾਂ ਕਰਕੇ ਮੈਨੂੰ ਇਹ ਮੇਰੇ ਵੀਰਾਂ ਤੋਂ ਮੈਂ ਮਾਫ਼ੀ ਮੰਗ ਰਿਹਾ ਵਾ ਇਹਨਾਂ ਦੇ ਮੈਨੂੰ ਕੋਈ ਪ੍ਰੋਬਲਮ ਨੀ ਬਾਈ ਜੀ ਮੈਨੂੰ ਕੋਈ ਪ੍ਰੋਬਲਮ ਨੀ ਮਾਫ਼ੀ ਮੰਗੀ ਆ ਠੀਕ ਹੈ ਮੇਰੀ ਸੁਣ ਲੈ ਪਹਿਲੇ ਮੇਰੀ ਗੱਲ ਸੁਣ ਲੈ ਪਹਿਲੀ ਤਾਂ ਗੱਲ ਇਨਸਾਨੀਅਤ ਵਾਲੀ ਗੱਲ ਹੈ ਇਹ ਪਹਿਲਾਂ ਇਹ ਦੱਸ ਤੂੰ ਪਤਾ ਚਾਹੇ ਤੂੰ ਵੱਡਾ ਹੋਵੇ ਕੁਛ ਵੀ ਹੋਵੇ ਅਸੀਂ ਡਿਊਟੀ ਕਰਦੇ ਹਾਂ ਚਾਹੇ ਗਰੀਬ ਆ ਚਾਹੇ ਕੁਛ ਵੀ ਆ ਅਸੀਂ ਲੇਕਿਨ ਭੈਣ ਚੋਂ ਤਾਂ ਆਪਣੀ ਇੱਜ਼ਤ ਨੂੰ ਦਾਗ ਨੀ ਲੱਗਣ ਦਿੰਦੇ ਬਾਈ ਜੀ ਜੇ ਮੇਰੇ ਮੇਰੇ ਨਾ ਕਰਮਾਂ ਤੁਸੀਂ ਕਿਤੇ ਪਹਿਲਾਂ ਮੇਰੇ ਕੰਮ ਜਿੰਨੇ ਮੈਂ ਕੀਤੇ ਨਾ ਤੁਸੀਂ ਨਹੀਂ ਚਾਹੇ ਤੂੰ ਹਜ਼ਾਰਾਂ ਕੰਮ ਚੰਗਾ ਕਰ ਲੈ ਜਦੋਂ ਭੈਣ ਚੋਂ ਇੱਕ ਹੀ ਕੰਮ ਤੂੰ ਉਲਟਾ ਕਰਤਾ ਤੇ ਤੇਰੇ ਕੋਈ ਚੰਗੇ ਕੰਮਾਂ ਦਾ ਕੋਈ ਫਾਇਦਾ ਨੀ ਹੈ ਉਸੇ ਕਰਕੇ ਤਾਂ ਕਹਿੰਦਾ ਵੀ ਮੇਰੇ ਕਰਮਾਂ ਚ ਲਿਖਿਆ ਸੀਗਾ ਠੀਕ ਹੈ ਨਾ ਮਤਲਬ ਕੱਲ ਨੂੰ ਸੁਣ ਲਾ ਮੇਰੀ ਸੁਣ ਲਾ ਤੇਰੇ ਕੋਲੇ ਵੀ ਸਾਡੀਆਂ ਜੂਨਟਾਂ ਬੈਠੀਆਂ ਕੋਈ ਇਹ ਨਾ ਕਹੇ ਵੀ ਮੈਂ ਪਤਾ ਨੀ ਕਿੱਥੇ ਬੈਠਾ ਕਿੱਥੇ ਨਹੀਂ ਹਰ ਜਗ੍ਹਾ ਤੇ ਸਾਡੀਆਂ ਜੂਨਟਾਂ ਬੈਠੀਆਂ ਅਸੀਂ ਪੂਰੀ ਜੂਨਟ ਤੇਰੇ ਘਰ ਭੇਜ ਕੇ ਤੇਰੇ ਸਭ ਪਰਿਵਾਰ ਨੂੰ ਹਰ ਇੱਕ ਚੀਜ਼ ਕਰ ਸਕਦੇ ਹਾਂ ਮੈਂ ਇਸ ਗੱਲ ਤੋਂ ਜੇ ਤੁਸੀਂ ਬਾਈ ਜੀ ਦੇਸ਼ ਦੀ ਰਾਖੀ ਕਰ ਸਕਦੇ ਆ ਠੀਕ ਹੈ ਨਾ ਨਾਲੇ ਉਹ ਜਿਹੜੀ ਜਨਾਨੀ ਨੇ ਕੀਤੀ ਹੈ ਨਾ ਕਾਰਵਾਈ ਉਹਨੂੰ ਵੀ ਦੱਸ ਦੇ ਉਹਨੂੰ ਵੀ ਅਸੀਂ ਨੰਗੀ ਕਰਨਾ ਚਾਹਵਾਂਗੇ ਠੀਕ ਹੈ ਉਹ ਤਾਂ ਉਹ ਵਿਚਾਰੇ ਹਿੰਦੀ ਵਾਲੇ ਆ ਬਾਈ ਜੀ ਮੇਰੀ ਗੱਲ ਚਾਹੇ ਹਿੰਦੀ ਵਾਲੀ ਹੋਈ ਇੰਡੀਆ ਦੇ ਵਿੱਚ ਪੂਰੀ ਇੰਡੀਅਨ ਆਰਮੀ ਹਿੰਦੀ ਪੰਜਾਬੀ ਜੋ ਵੀ ਆ ਸਾਰੇ ਆ ਸਾਰਿਆਂ ਦੀ ਇੱਜ਼ਤ ਮੈਂ ਵੈਸੇ ਗੱਲ ਕਰਦਾ ਵੀ ਉਹ ਵਿਚਾਰੀਆਂ ਨੂੰ ਨੀ ਪਤਾ ਵਿਚਾਰੀਆਂ ਨੂੰ ਭੈਣ ਚੋਂ ਪੈਸਾ ਦੇ ਕੇ ਇਹ ਕੰਮ ਕਰਾਉਂਦੇ ਹੋ ਕੰਪਨੀ ਨੂੰ ਬੜੇ ਪੜ੍ਹੇ ਲਿਖੇ ਹੋ ਇਹ ਚੀਜ਼ਾਂ ਬਣਾਉਂਦੇ ਹੋ ਭੈਣ ਚੋਦ ਤੁਹਾਨੂੰ ਨੀ ਪਤਾ ਵੀ ਇਹ ਕੀ ਕਰ ਰਹੇ ਹਾਂ ਅਸੀਂ ਹੈਂ ਤੁਹਾਡੀ ਇੱਕ ਤਾਂ ਮਾਂ ਚੋਦ ਦੇ ਅਸੀਂ ਭੈਣ ਚੋਦ ਖੜੇ ਬਾਰਡਰਾਂ ਤੇ ਸਾਰਾ ਕੁਛ ਕਰਦੇ ਹਾਂ ਭੈਣ ਚੋਦੋ ਬੈਠੇ ਹੋ ਅੰਦਰ ਸੌ ਰਹੇ ਹੋ ਤੁਸੀਂ ਹੈਂ ਇਹੀ ਆ ਤੇਰੇ ਲਈ ਲਾਸਟ ਫਾਈਨਲ ਆਰਡਰ ਆ ਜਿਹਦੇ ਕਰ ਨਿਊਜ਼ ਦੇ ਉੱਤੇ ਮਾਫ਼ੀ ਮੰਗੇਗਾ
ਤਾਂ ਠੀਕ ਹੈ, ਨਹੀਂ ਤਾਂ ਇਹੀ ਦੇਖ ਲਈ ਔਰ ਇਹਦੇ ਤੇ ਵੀਡੀਓ ਪਾ ਆਪਣੀ, ਠੀਕ ਹੈ, ਮਾਫੀ ਮੰਗ ਕੇ, ਨਾਲ ਤੇਰੇ ਡੈਡੀ ਦੀ ਵੀ ਫੋਟੋ ਸਾਡੇ ਕੋਲੇ ਆ, ਠੀਕ ਹੈ, ਨਹੀਂ ਤਾਂ ਦੇਖ ਸਾਡੇ ਕੋਲੇ ਇਹੋ ਜਿਹੀਆਂ ਚੀਜ਼ਾਂ ਬਣਾ ਬਣਾ ਕੇ ਰੱਖੀਆਂ, ਤੇਰਾ ਕੱਖ ਨੀ ਹੈ ਉਹਨਾਂ ਨੇ ਛੱਡਣਾ ਹੈਗਾ, ਔਰ ਤੇਰੇ ਕੋਲੇ ਅਸੀਂ ਆਵਾਂਗੇ ਇਸ ਚੀਜ਼ ਨੂੰ, ਠੀਕ ਹੈ ਨਾ, ਇਹ ਕਿਤੇ ਏਦਾਂ ਨੀ ਭੈਣ ਚੋਦ ਆਰਮੀ, ਠੀਕ ਹੈ, ਇਹਦੇ ਤੇ ਵੀਡੀਓ ਪਾ ਆਪਣੀ ਮਾਫੀ ਮੰਗ ਕੇ, ਹਾਂ ਓਕੇ ਜੀ.